ਇਹਦੇ ਇੱਥੇ ਅਸਥੀਆਂ ਵਿਸਰਜਨ ਕਰਨ ਆਏ ਸੀਗੇ ਉਹ ਕਰਕੇ ਸਾਰੇ ਪਰਿਵਾਰ ਦੇ ਨਾਲ ਹੁਣ ਪਰਿਵਾਰ ਮੱਥਾ ਟੇਕ ਕੇ ਜਿਹੜੀ ਮੈਂ ਪਹਿਲਾਂ ਵੀ ਕਹਿ ਚੁੱਕਿਆ ਵੀ ਮੈਂ ਉੱਥੇ ਸਿਰਫ 2-3 ਘੰਟੇ ਰੁਕੇ ਸੀ ਉਸ ਤੋਂ ਇਹ ਲੱਗਦਾ ਵੀ ਇਹ ਐਕਸੀਡੈਂਟ ਆ ਹੁਣ ਤਾਂ ਮੇਰਾ ਇਹੀ ਸੁਨੇਹਾ ਵੀ ਬਾਈ ਦੇ ਜੋ ਸ਼ਬਦ ਸੀ ਉਹਨਾਂ 'ਤੇ ਆਪਾਂ ਉਹਦਾ ਪਹਿਰਾ ਦੇਈਏ ਅਤੇ ਅੱਜ ਅਸੀਂ ਬਾਈ ਦੇ ਇੱਥੇ ਅਸਥੀਆਂ ਵਿਸਰਜਨ ਕਰਨ ਆਏ ਸੀਗੇ ਉਹ ਕਰਕੇ ਸਾਰੇ ਪਰਿਵਾਰ ਦੇ ਨਾਲ ਹੁਣ ਪਰਿਵਾਰ ਮੱਥਾ ਟੇਕ ਕੇ ਹਾਂਜੀ ਮੈਂ ਹੁਣ ਮੱਥਾ ਟੇਕ ਲਿਆ ਜੀ ਹੁਣ ਜਿਹੜਾ ਸੀਗਾ ਆਖਰੀ ਰਸਮਾਂ ਪੂਰੀਆਂ ਕਰ ਲਈਆਂ ਪਰਿਵਾਰ ਨੇ ਜਿਹੜਾ ਕੱਲ੍ਹ ਜਦੋਂ ਅੰਤਿਮ ਅਰਦਾਸ ਸੀਗੀ ਉਦੋਂ ਸੰਗਤਾਂ ਦਾ ਵਾਹਵਾ ਜਿਹੜਾ ਘੱਟ ਸੀਗਾ ਬਹੁਤ ਜ਼ਿਆਦਾ ਜਦੋਂ ਪਿਆਰ ਸਤਿਕਾਰ ਬਣਿਆ ਕਿਹਦੇ ਵਰਗੇ ਦੇਖੋ ਤਾਂ ਸੰਗਤਾਂ ਦਾ ਸਾਰੀਆਂ ਜੋ ਬਾਈ ਨੂੰ ਪਿਆਰ ਕਰਨ ਵਾਲੇ ਸੀ ਸਾਰਿਆਂ ਦਾ ਇਸਦਾ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਕਿ ਸਾਰਾ ਜਿਹੜਾ ਆਖਰੀ ਰਸਮਾਂ ਸੀ ਅਰਦਾਸ ਦੀਆਂ ਉਸ 'ਚ ਬਹੁਤ ਸੰਗਤਾਂ ਨੇ ਸਾਡਾ ਸਹਿਯੋਗ ਦਿੱਤਾ ਅਤੇ ਸਾਨੂੰ ਕਾਰਜ ਪੂਰਾ ਕਰਨ ਵਿੱਚ ਸਾਰੇ ਸਾਡਾ ਸਾਥ ਦਿੱਤਾ ਸਹਿਯੋਗ ਦਿੱਤਾ ਅਤੇ ਮੈਂ ਗੁਰਦੁਆਰਾ ਜਿਹੜੀ ਕਮੇਟੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਵੀ ਉਹਨਾਂ ਨੇ ਵੀ ਇੰਨਾ ਜਿਹੜਾ ਸੀਗਾ ਸਿਸਟਮੈਟਿਕ ਸਾਨੂੰ ਸਾਰਾ ਬਣਾ ਕੇ ਦਿੱਤਾ ਸਾਰੇ ਬਾਈ ਦੇ ਨਾਲ ਵਾਲੇ ਜਿਹੜੇ ਸੀ ਉਹਨਾਂ ਨੇ ਵੀ ਬਹੁਤ ਸਾਥ ਦਿੱਤਾ ਸਾਰਾ ਸਿਸਟਮੈਟਿਕ ਕਰਕੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਬਾਈ ਪਰਿਵਾਰ ਵੱਲੋਂ ਕਿਵੇਂ ਦੇਖਿਆ ਜਾਂਦਾ ਹੈ ਕਿਉਂਕਿ ਕੱਲ੍ਹ ਵੀ ਅਰਦਾਸ ਮੌਕੇ ਕਈਆਂ ਦਾ ਇਹ ਕਹਿਣਾ ਸੀ ਕਿ ਇਹ ਸਾਜਿਸ਼ ਹੈ ਨਾ ਕਿ ਇੱਕ ਹਾਦਸਾ ਹੈ ਤੁਹਾਡਾ ਪਰਿਵਾਰ ਵੱਲੋਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਦੇਖੋ ਪਰਿਵਾਰ ਜਿਹੜੀ ਮੈਂ ਪਹਿਲਾਂ ਵੀ ਕਹਿ ਚੁੱਕਿਆ ਵੀ ਮੈਂ ਉੱਥੇ ਸਿਰਫ 2-3 ਘੰਟੇ ਹੀ ਰੁਕੇ ਸੀ ਉਸ ਤੋਂ ਇਹ ਲੱਗਦਾ ਵੀ ਇਹ ਐਕਸੀਡੈਂਟ ਆ
ਬਾਕੀ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਆ, ਹੁਣ ਇੱਕ ਅੱਧੇ ਦਿਨ 'ਚ ਜਾਵਾਂਗੇ ਜੀ, ਬਾਕੀ ਉੱਥੋਂ ਫਿਰ ਪਤਾ ਲੱਗੂਗਾ। ਯੂਥ ਲਈ ਵਧੀਆ ਆਈਡਲ ਸਨ ਦੀਪ ਸਿੱਧੂ, ਕੀ ਸੁਨੇਹਾ ਦਊਂਗੇ ਯੂਥ ਨੂੰ ਤੁਸੀਂ? ਯੂਥ ਨੂੰ ਤਾਂ ਮੇਰਾ ਇਹੀ ਸੁਨੇਹਾ ਵੀ ਬਾਈ ਦੇ ਜੋ ਸ਼ਬਦ ਸੀ ਉਹਨਾਂ 'ਤੇ ਹੀ ਆਪਾਂ ਉਹਦਾ ਪਹਿਰਾ ਦੇਈਏ, ਅਤੇ ਜੋ ਉਹ ਕਰਨਾ ਚਾਹੁੰਦਾ ਸੀ ਉਹਦੇ ਲਈ ਇੱਕਜੁੱਟ ਹੋ ਕੇ ਜਾਬਤੇ 'ਚ ਰਹਿ ਕੇ ਆਪਾਂ ਇਕੱਠੇ ਹੋ ਕੇ ਗਾਂਹ ਵਧੀਏ। ਜਥੇਬੰਦੀ ਬਾਈ ਦੀਪ ਨੇ ਸ਼ੁਰੂ ਕੀਤੀ ਸੀ, ਪਰ ਕੱਲ੍ਹ ਜਿਹੜੀਆਂ ਆਖਰੀ ਰਸਮਾਂ ਉਹ ਸਾਰਾ ਪਰਿਵਾਰਕ ਕੰਮ ਸੀਗਾ। ਇਹ ਉਹ ਜਿਹੜਾ ਆਖਰੀ ਰਸਮਾਂ ਉਹ ਜਥੇਬੰਦੀ ਤੋਂ ਉੱਪਰ ਉੱਠ ਕੇ ਸੀ, ਉਹ ਸਾਰੀਆਂ ਪਰਿਵਾਰ ਨੇ ਹੀ ਪੂਰੀਆਂ ਕਰਨੀਆਂ ਸੀ। ਸਾਰੀ ਜਥੇਬੰਦੀ ਨੇ ਸਾਡਾ ਸਾਥ ਦਿੱਤਾ, ਮੇਰੇ ਨਾਲ ਖੜ੍ਹੇ ਰਹੇ, ਸਾਰਾ ਕੰਮ ਕਾਰਜ ਕੀਤਾ ਉਹਨਾਂ ਨੇ ਆ ਮੈਨੂੰ ਮੂਹਰੇ ਲਾ ਕੇ। ਹੁਣ ਜਿਹੜਾ ਅੱਗੇ ਕਾਰਜ ਹੋਊਗਾ ਉਹ ਜਥੇਬੰਦੀ ਕਰੂਗੀ, ਉਹਨਾਂ ਨਾਲ ਮੈਂ ਹਮੇਸ਼ਾ ਖੜਾਂਗਾ। ਬਾਈ ਵਾਲੀ ਥਾਂ ਤਾਂ ਚਲੋ ਮੈਂ ਨਹੀਂ ਲੈ ਸਕਦਾ, ਪਰ ਉਹਨਾਂ ਨਾਲ ਹਮੇਸ਼ਾ ਮੈਂ ਨਾਲ ਰਹੂੰਗਾ ਜੀ। ਦੇਖੋ ਜੀ, ਜਿਹੜਾ ਕੱਲ੍ਹ ਵਾਲਾ ਪ੍ਰੋਗਰਾਮ ਸੀਗਾ ਅੰਤਰ ਅਰਦਾਸ ਦਾ, ਬਾਈ ਦੀ ਡੈਥ ਤੋਂ ਲੈ ਕੇ ਕੱਲ੍ਹ ਤੱਕ ਦੇ ਸਾਰੇ ਪ੍ਰੋਗਰਾਮ ਜਿਹੜੇ ਉਹ ਪਰਿਵਾਰ ਦੇ ਸੀਗੇ, ਅਤੇ ਪਰਿਵਾਰ ਨੇ ਹੀ ਅੰਤਿਮ ਰਸਮਾਂ ਨਿਭਾਈਆਂ ਸੀਗੀਆਂ, ਬਟ ਜਥੇਬੰਦੀ ਦਾ ਬੈਕ ਤੋਂ ਪੂਰੀ ਸਪੋਰਟ ਸੀਗੀ। ਅਸੀਂ ਬਾਈ ਮਨਦੀਪ ਨੂੰ ਮੂਹਰੇ ਲਾ ਕੇ ਹੀ ਉਹਨਾਂ ਦੀ ਬੈਕ ਤੋਂ ਸਾਰੀ ਸਾਡੀ ਜਥੇਬੰਦੀ ਨੇ ਉਸ ਤਰ੍ਹਾਂ ਹੀ ਜਾਬਤੇ ਦੇ ਵਿੱਚ ਰਹਿ ਕੇ ਸਪੋਰਟ ਕੀਤੀ ਆ। ਅਸੀਂ ਜਥੇਬੰਦੀ ਦਾ ਕੋਈ ਵੀ ਚਿਹਰਾ ਜਾਂ ਕੁਛ ਵੀ ਉੱਥੇ ਮੂਹਰੇ ਇਸ ਕਰਕੇ ਨਹੀਂ ਕੀਤਾ ਕਿਉਂਕਿ ਅਸੀਂ ਪਰਿਵਾਰ ਨੂੰ ਹੀ ਮੂਹਰੇ ਰੱਖਣਾ ਚਾਹੁੰਦੇ ਸੀਗੇ, ਤਾਂ ਕਿ ਜਿਹੜਾ ਇਹ ਜਿਹੜਾ ਕੱਲ੍ਹ ਵਾਲਾ ਪ੍ਰੋਗਰਾਮ ਸੀਗਾ ਇਹ ਕਿਸੇ ਇੱਕ ਜਥੇਬੰਦੀ ਜਾਂ ਇੱਕ ਜਾਂ ਕਹਿ ਲਈਏ ਵੀ ਇੱਕ ਸੰਸਥਾ ਤੱਕ ਸੀਮਤ ਨਹੀਂ ਸੀਗਾ। ਉੱਥੇ ਪੂਰਾ ਪੰਜਾਬ, ਈਵਨ ਕਿ ਪੂਰੀ ਨਾਨਕ ਲੇਵਾ ਸੰਗਤ ਜਿਹੜੀ ਸੀਗੀ, ਨਾਨਕ ਨਾਮ ਲੇਵਾ ਸੰਗਤ, ਉਹ ਸਾਰੀ ਪਹੁੰਚੀ ਹੋਈ ਸੀਗੀ। ਅਤੇ ਉਹ ਕਿਸੇ ਵੀ ਇੱਕ ਜਥੇਬੰਦੀ ਤੱਕ ਆਪਾਂ ਸੀਮਤ ਨਹੀਂ ਰੱਖ ਸਕਦੇ, ਬਟ ਜਥੇਬੰਦੀ ਜਿਹੜੀ ਬਾਈ ਦਾ ਇੱਕ ਸੁਪਨਾ ਸੀਗਾ ਉਹ ਅੱਜ ਵੀ ਪਰਿਵਾਰ ਦੇ ਨਾਲ ਖੜੀ ਆ, ਅਤੇ ਪਰਿਵਾਰ ਦੇ ਨਾਲ ਕੱਲ੍ਹ ਵੀ ਮੋਢੇ ਦਾ ਮੋਢਾ ਲਾ ਕੇ ਜਿਹੜਾ ਉਹਨਾਂ ਨੇ ਪ੍ਰੋਗਰਾਮ ਨਿਪਲੇ ਚਾੜਿਆ ਗੁਰੂ ਸਾਹਿਬ ਦੀ ਕਿਰਪਾ ਨਾਲ। ਤੁਸੀਂ ਕਿਸ ਤਰ੍ਹਾਂ ਜਿਹੜੀ ਰਣਨੀਤੀ ਤਿਆਰ ਕਰੋਗੇ ਜਥੇਬੰਦੀ ਜਿਹੜੀ? ਦੇਖੋ ਜੀ, ਸਾਡੇ ਕੋਲ ਜਿਵੇਂ ਬਾਈ ਜੀ ਹੁਣੀ ਡਾਕਟਰ ਉਦੋਕੇ ਸਾਹਿਬ ਹੁਣਾਂ ਦੀ ਅਤੇ ਬਾਪੂ ਅਜਮੇਰ ਸਿੰਘ ਹੁਣਾਂ ਦੀ ਰੈ ਲੈ ਕੇ ਰੈ ਦੇ ਨਾਲ ਸਾਰੇ ਕਾਰਜ ਨੂੰ ਗਾਂਹ ਅੱਗੇ ਲਾਉਂਦੇ ਹੁੰਦੇ ਸੀਗੇ, ਉਸੇ ਤਰ੍ਹਾਂ ਇਹ ਇੰਟੈਕਚੁਅਲ ਜਿਹੜੇ ਬੰਦੇ ਸਾਡੇ ਕੋਲ ਅੱਜ ਵੀ ਹੈਗੇ ਨੇ। ਬਾਈ ਦੀ ਘਾਟ ਅਸੀਂ ਪੂਰੀ ਨਹੀਂ ਕਰ ਸਕਦੇ, ਪਰ ਬਾਈ ਦੇ ਦਿੱਤੇ ਨਕਸ਼ੇ ਕਦਮਾਂ ਦੇ ਉੱਤੇ ਚੱਲਣ ਦੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ। ਜਿਹੜੀ ਬਾਰਸ ਪੰਜਾਬ ਦੇ ਇੱਕ ਯੂਨਿਟ ਬਣਿਆ, ਇੱਕ ਸੰਸਥਾ ਬਣੀ ਹੈ, ਇਸੇ ਤਰ੍ਹਾਂ ਕੰਮ ਕਰੇਗੀ ਅੱਗੇ ਤੋਂ? ਜੀ ਬਿਲਕੁਲ, ਵਾਰਸ ਪੰਜਾਬ ਦੇ ਜਥੇਬੰਦੀ ਇਸੇ ਤਰ੍ਹਾਂ ਹੀ ਆਪਣਾ ਕਾਰਜ ਕਰਦੀ ਰਹੂਗੀ। ਅਸੀਂ ਉਹਦੀਆਂ ਇਕਾਈਆਂ ਪਿੰਡ ਪਿੰਡ ਲੈਵਲ ਤੱਕ ਬਣਾਵਾਂਗੇ। ਕੱਲ੍ਹ ਅਸੀਂ ਇੱਕ ਜਥੇਬੰਦੀ ਦੀ ਰਜਿਸਟ੍ਰੇਸ਼ਨ ਸੰਬੰਧੀ ਕੁਛ ਨਾਮ ਲੈਣ ਵਾਸਤੇ ਕੁਛ ਬੂਥ ਲਾਏ ਸੀ, ਸਾਰਾ ਦਿਨ ਉਹਨਾਂ ਬੂਥਾਂ ਤੋਂ ਰਸ਼ ਨਹੀਂ ਟੁੱਟਿਆ, ਅਤੇ ਕਈ ਸੌਆਂ ਦੇ ਹਿਸਾਬ ਨਾਲ ਉੱਥੇ ਰਜਿਸਟਰ ਜਿਹੜੇ ਲੋਕਾਂ ਨੇ ਆਪਦੀ ਰਜਿਸਟ੍ਰੇਸ਼ਨ ਕਰ ਕਰਕੇ ਭਰਦੇ, ਜਿਹੜੇ ਬਾਈ ਨੂੰ ਪਿਆਰ ਕਰਦੇ ਆ। ਅਸੀਂ ਹਰ ਇੱਕ ਬੰਦੇ ਤੱਕ ਪਹੁੰਚ ਕਰਾਂਗੇ। ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਇੱਕ ਗੱਲ ਇੱਥੇ ਪਲੱਸ ਕਰਨੀ ਚਾਹੁੰਦਾ ਕਿ ਵੀ ਅਸੀਂ ਵੀ ਆਪਦੀ ਜਥੇਬੰਦੀ ਵੱਲੋਂ ਉਸ ਸਾਰੀ ਸੰਗਤ ਦਾ ਜਿਹੜੀ ਕੱਲ੍ਹ ਬਾਈ ਨੂੰ ਪਿਆਰ ਕਰਨ ਵਾਲੀ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ ਸੀ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਉਹ ਇੰਨਾ ਜਾਬਤੇ ਦੇ ਵਿੱਚ ਰਹੇ। ਆਮ ਕੀ ਆਪਾਂ ਵੇਖਦੇ ਆਉਂਦੇ ਹਾਂ ਪਿਛਲੇ ਕਾਫੀ ਸਮੇਂ ਤੋਂ ਕਿ ਵੀ ਜਦੋਂ 2-4 ਹਜ਼ਾਰ ਬੰਦਾ ਇਕੱਠਾ ਹੋ ਜਾਂਦਾ ਉੱਥੇ ਲੜਾਈ ਝਗੜੇ ਦਾ ਖਦਸ਼ਾ ਹੋ ਜਾਂਦਾ, ਪਰ ਬਾਈ ਨੇ ਜਿਸ ਤਰ੍ਹਾਂ ਜਾਬਤੇ ਵਿੱਚ ਰਹਿ ਕੇ ਹੁਣ ਤੱਕ ਐਕਟੀਵਿਟੀਆਂ ਕੀਤੀਆਂ ਸੀ, ਆਖਰੀ ਰਸਮਾਂ ਵੀ ਬਾਈ ਦੀਆਂ ਸੰਗਤ ਨੇ ਜਾਬਤੇ ਵਿੱਚ ਰਹਿ ਕੇ ਪੂਰੀਆਂ ਕੀਤੀਆਂ ਸੀ, ਉਹਦੇ ਲਈ ਸਾਰੀਆਂ ਸੰਗਤਾਂ ਦਾ, ਸਾਰੇ ਸਹਿਯੋਗੀ ਜਿਹੜੇ ਆਸੇ ਪਾਸੇ ਜਿਨ੍ਹਾਂ ਨੇ ਲੰਗਰ ਲਾਏ, ਪ੍ਰਬੰਧ ਕੀਤੇ, ਆਪਦੇ ਆਪਦੇ ਲੈਵਲ 'ਤੇ ਲਿਟਰੇਚਰ ਵੰਡਿਆ, ਖੂਨਦਾਨ ਕੈਂਪ ਲੱਗੇ, ਈਵਨ ਕਿ ਜਿੰਨੀ ਸੰਗਤ ਉੱਥੇ ਪਹੁੰਚੀ ਸਾਰਿਆਂ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਕਰਦੇ ਅੱਗੇ ਤੋਂ ਵੀ ਇਸੇ ਤਰ੍ਹਾਂ ਜਾਬਤੇ 'ਚ ਰਹੇ ਹੋ, ਅਤੇ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਉੱਥੇ ਤੁਹਾਡੇ ਪਹੁੰਚਣ ਲਈ। ਵੇਖੋ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਿਹੜੀਆਂ ਧਰਮ ਦੀਆਂ ਮਰਿਆਦਾ ਹੁੰਦੀਆਂ ਨੇ ਉਹਨਾਂ ਮਰਿਆਦਾ ਦੇ ਅਦਾਰੇ ਦੇ ਵਿੱਚ ਰਹਿੰਦੇ ਹਾਂ, ਜਿਹੜੇ ਜਿਹੜੇ ਇਸ ਤਰ੍ਹਾਂ ਦੇ ਸਾਨੂੰ ਸੰਸਕਾਰ ਨੇ ਉਹ ਨਿਭਾਉਣੇ ਪੈਂਦੇ ਨੇ ਕਿ ਕੱਲ੍ਹ ਉਸ ਦੀ ਅੰਤਿਮ ਅਰਦਾਸ ਤੋਂ ਬਾਅਦ ਅੱਜ ਉਹਦਾ ਪਰਿਵਾਰ ਜਿਹੜਾ ਸੀ ਜਾਂ ਉਹਦੇ ਪਰਿਵਾਰ ਨਾਲ ਜੁੜੇ ਹੋਏ ਕੁਛ ਮੈਂਬਰ ਜਿਹੜੇ ਨੇ ਉਹ ਇੱਥੇ ਗੁਰਦੁਆਰਾ ਪਤਾਲਪੁਰੀ ਕੀਰਤਪੁਰ ਸਾਹਿਬ ਉਹਦੇ ਜਿਹੜੇ ਅਸਤ ਸੀਗੇ ਉਹ ਜਲ ਪ੍ਰਵਾਹ ਕਰਨ ਵਾਸਤੇ ਆਏ ਹਾਂ। ਕੋਈ ਸ਼ੱਕ ਨਹੀਂ ਕਿ ਬਹੁਤ ਵੱਡਾ ਘਾਟਾ ਪਿਆ ਪਰਿਵਾਰ ਦੇ ਵਾਸਤੇ, ਔਰ ਜਿਸ ਤਰ੍ਹਾਂ ਦੇ ਨਾਲ ਉਸਨੇ ਆਪਣੀਆਂ ਬੋਲਾਂ ਦੇ ਨਾਲ ਆਪਣੇ ਸ਼ਬਦਾਂ ਦੇ ਨਾਲ ਪੰਜਾਬ ਦੀ ਨੌਜਵਾਨੀ ਦੀ ਮਾਨਸਿਕਤਾ ਨੂੰ ਹਲੂਣਿਆ, ਔਰ ਜਿੰਨੇ ਥੋੜ੍ਹੇ ਸਮੇਂ ਦੇ ਵਿੱਚ ਉਸਨੇ ਬਹੁਤ ਸਾਰੀਆਂ ਚੁਣੌਤੀਆਂ ਜਾਂ ਵਿਰੋਧਤਾਵਾਂ ਦਾ ਕਹਿ ਸਕਦੇ ਹੋ ਕਿ ਮੁਕਾਬਲਾ ਕਰਦੇ ਹੋਏ ਵੀ ਆਪਣਾ ਫਿਰ ਇੱਕ ਸਥਾਨ ਜਿਹੜਾ ਸੀ ਪੰਜਾਬ ਲੋਕਾਂ ਦੀ ਮਾਨਸਿਕਤਾ ਦੇ ਵਿੱਚ ਕਾਇਮ ਕੀਤਾ, ਉਹਦੇ ਕਰਕੇ ਲੋਕਾਂ ਦੇ ਮਨ ਦੇ ਵਿੱਚ ਇਸ ਚੀਜ਼ ਦਾ ਬੜਾ ਸਦਮਾ ਵੀ ਲੱਗਾ, ਧੱਕਾ ਵੀ ਲੱਗਾ। ਮੈਨੂੰ ਇੰਝ ਲੱਗਦਾ ਕਿ ਮੈਂ ਸ਼ਾਇਦ ਪਹਿਲੀ ਵਾਰੀ ਇਸ ਤਰ੍ਹਾਂ ਦਾ ਕੋਈ ਅੰਤਿਮ ਅਰਦਾਸ ਦਾ ਸਮਾਗਮ ਵੇਖਿਆ ਕਿ ਇੰਨੀ ਵੱਡੀ ਗਿਣਤੀ ਵੀ ਹੋਵੇ ਅਤੇ ਲੋਕ ਫਿਰ ਵੀ ਸ਼ਾਂਤੀ ਦੇ ਨਾਲ, ਪਿਆਰ ਦੇ ਨਾਲ ਜਿਹੜਾ ਸੀਗਾ ਉੱਥੋਂ ਕੱਲ੍ਹ ਸ਼ਾਮ ਤੱਕ ਜਿਹੜੇ ਸੀਗੇ ਉਹ ਵਿਦਾ ਹੋਏ। ਦੂਸਰੀ ਗੱਲ ਇਹ ਸੀਗੀ ਕਿ ਮੇਰੇ ਨਾਲ ਉਹਨਾਂ ਦੀ ਜਥੇਬੰਦੀ ਨਾਲ ਸੰਬੰਧਿਤ ਵੀਰ ਗੁਰਪ੍ਰੀਤ ਵੀ ਹੁਣੀ ਬੈਠੇ ਨੇ, ਇਹਦੇ ਵਿੱਚ ਬੇਸ਼ੱਕ ਇਹ ਜਿਹੜਾ ਸਮਾਗਮ ਸਾਰਾ ਸੀ ਉਹ ਪਰਿਵਾਰ ਦੇ ਵੱਲੋਂ ਉਲੀਕਿਆ ਗਿਆ ਸੀ, ਅਤੇ ਜਿਹੜੀ ਜਥੇਬੰਦੀ ਹੈ ਉਹਦੇ ਜਿਸ ਤਰ੍ਹਾਂ ਮੈਂਬਰ ਜਿੰਨੇ ਵੀ ਸੀਗੇ ਉਸ ਦੀ ਦੀਪ ਦੀ ਆਪਣੀ ਬਣਾਈ ਹੋਈ ਜਥੇਬੰਦੀ ਵਾਰਸ ਪੰਜਾਬ ਦੇ, ਤਾਂ ਉਹਦੇ ਵੱਲੋਂ ਸਹਿਯੋਗ ਦਿੱਤਾ ਗਿਆ ਬਤੌਰ ਸਹਿਯੋਗੀ ਜਥੇਬੰਦੀ ਜਿਹੜੀ ਸੀ ਉਸ 'ਚ ਸ਼ਾਮਿਲ ਹੋਈ, ਪਰ ਜਿਹੜਾ ਸਾਰਾ ਪ੍ਰਬੰਧ ਕਿਸ ਨੂੰ ਬੁਲਾਉਣਾ ਹੈ
किस तरह के नाल वो सारा प्रबंध चलाना है, किहड़े प्रबंध होणगे, वो सारा परिवार के वल्लों किया गया। बाकी गुरप्रीत सिंह तुहाडे नाल गल सांझी कर दिंदे। ठीक है जी। जिहड़ा शहीद बई दीप सिद्धू होया सी, कल उन्हां दा भोग फतेहगढ़ साहब सी, उत्थे भी अलग अलग जथेबंदियां, किसान जथेबंदियां, तो इन्हां चीज़ों तो सारियां तो उपर उठ के हर लोग जिहड़े बई नूं प्यार करदे सी उह पहुंचे आ। अज इत्थे पतालपुरी साहब बई जी दे जिहड़े फुल है वह विसर्जित किए गए हैं, उहदे विच भी आम लोगों ने जिहड़े बई नूं प्यार करदे सी जां किसान जथेबंदियां, मजदूर होर सारियां ने बढ़ चढ़ के आ के बई नूं जिहड़ा अंतिम जिहड़ी है वह विदाई दी है। एक तरह उन्होंने फुल जिहड़े विसर्जित किए हैं और वाहिगुरु को अरदास करदे हां कि उन्हां दी जिहड़ी विछड़ी रूह है आत्मा नूं अपने चरणां दी नमाज़ बख्शे और जिहड़ी उन्हां दी सोच है वह लोगों के जाके जाबते दे विच रह के लोगों च जाके जिहड़े है वह कम बई दी सोच नूं आपां पूरा करिए। सो बहुत बहुत धन्यवाद।